ਇਹ ਪਿੱਪਲ ਦੇ ਪੱਤੇ ਆ, ਇਹਨਾਂ ਨੂੰ ਅਸੀਂ ਅੱਜ ਤੋੜ ਕੇ, ਇਹ ਸਿੰਪਲ ਵਾਟਰ ਹੈ, ਪਾਣੀ ਹੈ, ਇਹਦੇ ਵਿੱਚ ਅਸੀਂ ਡਿਪ ਕਰਾਂਗੇ। ਇਹਨਾਂ ਨੂੰ ਅਸੀਂ ਕੁਛ ਦਿਨਾਂ ਤੱਕ ਇਹਨਾਂ ਨੂੰ ਅਸੀਂ ਪਾਣੀ ਵਿੱਚ ਭਿੱਜੇ ਰਹਿਣ ਦੇਵਾਂਗੇ। ਇਹ ਪਿੱਪਲ ਦੇ ਪੱਤੇ ਨੇ, 10 ਦਿਨ ਹੋ ਗਏ ਅਸੀਂ ਭਿਓਏ ਪਏ ਸੀ, ਹੁਣ ਪਾਣੀ 'ਚ ਇਸ ਨੂੰ ਅਸੀਂ ਕੱਢ ਲਵਾਂਗੇ। ਕੱਢ ਕੇ ਇਹ ਸਾਡੇ ਕੋਲ ਟੁੱਥਬ੍ਰੱਸ਼ ਹੈ, ਟੁੱਥਬ੍ਰੱਸ਼ ਦੇ ਨਾਲ ਅਸੀਂ ਇਹਨਾਂ ਨੂੰ ਜਿਹੜਾ ਹੈ ਇਹਨਾਂ ਦੀ ਜਿਹੜੀ ਕਾਈ ਹੈ ਗ੍ਰੀਨ ਕਲਰ ਦੀ, ਉਹ ਅਸੀਂ ਹੌਲੀ ਹੌਲੀ ਇਸ ਤਰ੍ਹਾਂ ਰਿਮੂਵ ਕਰਾਂਗੇ। ਬੜਾ ਸੌਫਟਲੀ ਬ੍ਰੱਸ਼ ਨੂੰ ਹੈਂਡਲ ਕਰਨਾ ਹੈ, ਜ਼ਿਆਦਾ ਜ਼ੋਰ ਦੀ ਨਹੀਂ ਮਾਰਨਾ, ਨਹੀਂ ਤਾਂ ਜਿਹੜੀ ਅੰਦਰ ਜਿਹੜੀ ਜਾਲੀ ਹੈ ਉਹ ਜਿਹੜੀ ਉਹ ਫਿਰ ਟੁੱਟ ਜਾਏਗੀ। ਇਹ ਜਿਹੜੀ ਪੂਰੀ ਅਸੀਂ ਕਾਈ ਇਹਦੀ ਉਤਾਰ ਲਾਂਗੇ। ਇਹ ਦੇਖੋ ਬਿਲਕੁਲ ਪੱਤਾ ਜਿਹੜਾ ਸਾਫ਼ ਹੋ ਗਿਆ। ਜਿਹੜਾ ਥੋੜ੍ਹਾ ਥੋੜ੍ਹਾ ਹੋਰ ਸਾਡੇ ਕੋਲ ਜਿਹੜਾ ਮਟੀਰੀਅਲ ਹੈ ਇਹਨੂੰ ਵੀ ਅਸੀਂ ਰਿਮੂਵ ਕਰ ਲਾਂਗੇ। ਇਹਨਾਂ ਪੱਤਿਆਂ ਤੋਂ ਹਰਿਆਲੀ ਉਤਾਰ ਕੇ ਇਹਨਾਂ ਪੱਤਿਆਂ ਨੂੰ ਅਸੀਂ ਸੁਕਾ ਲਿਆ। ਇਹਦੇ ਉੱਤੇ ਮੈਂ ਪੇਂਟ ਕਰਕੇ ਪਹਿਲੇ ਇਹਦਾ ਜਿਹੜਾ ਹੈਗਾ ਬੇਸ ਆ ਉਹ ਪੇਂਟ ਕਰਾਂਗੀ, ਫਿਰ ਇਸਦੇ ਉੱਤੇ ਅਸੀਂ ਇੱਕ ਛੋਟੀ ਜਿਹੀ ਸੀਨਰੀ ਜਿਹੜੀ ਬਰਡਸ ਦੇ ਨਾਲ ਰਿਲੇਟਿਡ ਹੋਏਗੀ ਉਹ ਬਣਾਵਾਂਗੇ। ਇਹ ਅਸੀਂ ਕਲਰਸ ਵਰਤਾਂਗੇ ਜਿਹੜੇ ਕੀ ਕਹਿੰਦੇ ਨੇ ਡਰਾਈ ਹੋ ਜਾਂਦੇ ਨੇ, ਇਮੀਡੀਏਟਲੀ ਸੁੱਕ ਜਾਂਦੇ ਨੇ। ਇਸ ਸਪੌਂਜ ਦੇ ਨਾਲ ਮੈਂ ਕਲਰ ਲੈ ਲਿਆ ਜਿਹੜਾ ਬੇਸ ਵਾਸਤੇ ਚਾਹੀਦਾ, ਬੈਕਗਰਾਊਂਡ ਵਾਸਤੇ। ਇਹ ਮੈਂ ਸਪੌਂਜ ਲੈ ਲਿਆ, ਸਪੌਂਜ ਦੇ ਨਾਲ ਇਹਦੀ ਮੈਂ ਬੇਸ ਕਰ ਦੂੰਗੀ, ਬਣਾ ਦੂੰਗੀ ਬੈਕਗਰਾਊਂਡ। ਸਾਨੂੰ ਗ੍ਰੇ ਕਲਰ ਚਾਹੀਦਾ ਸੀ, ਆ ਗ੍ਰੇ ਕਲਰ ਦਾ ਇਫੈਕਟ ਆ ਗਿਆ। ਅਤੇ ਹੁਣ ਅਸੀਂ ਇੱਕ ਸ਼ੀਟ ਲੈ ਕੇ ਅਤੇ ਅਸੀਂ ਇਹਦੇ ਉੱਤੇ ਇਸ ਤਰ੍ਹਾਂ ਪੱਤਾ ਰੱਖ ਕੇ ਪੱਤਾ ਰੱਖ ਕੇ ਇਸ ਤਰ੍ਹਾਂ ਡਰਾ ਕਰ ਲਾਂਗੇ। ਇਸ ਤਰ੍ਹਾਂ ਡਰਾ ਹੋ ਗਿਆ ਸਾਡਾ ਇਹ ਸਾਰਾ ਪੱਤਾ। ਅਤੇ ਹੁਣ ਇਸ ਦੇ ਵਿੱਚ ਅਸੀਂ ਲੋੜ ਅਨੁਸਾਰ ਜਿਹੜਾ ਸਾਡਾ ਅਸੀਂ ਇਹਦੇ ਉੱਤੇ ਓਬਜੈਕਟ ਬਣਾਉਣਾ ਉਹ ਥੱਲੇ ਅਸੀਂ ਇਸ ਨੂੰ ਇਹਦਾ ਸਕੈਚ ਬਣਾ ਲਾਂਗੇ ਅਤੇ ਫਿਰ ਅਸੀਂ ਇਸ ਦੇ ਉੱਤੇ ਹੌਲੀ ਹੌਲੀ ਇਸ ਦੇ ਉੱਤੇ ਡਰਾ ਕਰ ਲਾਂਗੇ। ਪਹਿਲਾਂ ਮੈਂ ਪੱਤਾ ਰੱਖ ਕੇ ਇਸ ਤਰ੍ਹਾਂ ਇਹਨੂੰ ਡਰਾ ਕਰ ਲਿਆ ਸੀ, ਹੁਣ ਮੇਰੇ ਜੋ ਮੈਨੂੰ ਚਾਹੀਦਾ ਹੈ ਜੋ ਮੈਂ ਓਬਜੈਕਟ ਇਹਦੇ ਉੱਤੇ ਬਣਾਉਣਾ ਉਹ ਮੈਂ ਇਹਦੇ ਵਿੱਚ ਡਰਾ ਕਰ ਲਿਆ। ਹੁਣ ਇਹਨੂੰ ਇਹਦੇ ਉੱਤੇ ਇਸ ਤਰ੍ਹਾਂ ਰੱਖ ਕੇ ਪੂਰਾ ਪੱਤਾ ਫਿਰ ਅਸੀਂ ਇਹਦੇ ਉੱਤੇ ਡਰਾ ਕਰਨਾ ਸ਼ੁਰੂ ਕਰ ਦਾਂਗੇ।
पत्ते दे उत्ते असी पेंटिंग बना ली है और ये हूँ फ्रेम दे उत्ते असी जड़ दी है। ये फ्रेम दे थले बैक ते असी ब्लैक कलर का इफेक्ट दिता है क्योंकि जेडे पत्ते का बेस बनाया सी ग्रे कलर से। यह देखो ये बरीक बरीक जड़िया ने रीश आया बरीक बरीक पतलियां पतलियां टाणियां वो दिखाई दे रही ने। हूँ इस तो बाद मैं हाईलाइट्स देनिया ने जिते जिते मैं लोड़ है मैं उत्थे हाईलाइट्स देवांगी। तो वह है कलर मटैलिक कलर है ये मटैलिक कलर फैब्रिक का फैब्रिक पेंट्स का परल मटैलिक कलर है। ये जिते मैं लोड़ पेगी मैं हाईलाइट्स देवांगी। ये साड़ी जिहड़ी पिप्पल दे पत्ते दी पेंटिंग आ वह बन के तैयार हो गई है। पहला असी जिस तरह तुहानू दस्या सी कि मैं पिप्पल दे पत्ते नू कुछ दिन वास्ते भिओया सी ते उस तो बाद फिर उहदी जिहड़ी ग्रीन कलर दी काई है वह उतारी सी ब्रश नाल। पूरा प्रोसीजर मैं तुहानू दस्या सी। उस तो बाद असी इस नू फिर इस दे उत्ते पेंटिंग बनाई और इहदे बर्ड्स दी पेंटिंग बनाई। और जे तुहानू पेंटिंग मेरी पसंद आई होवे इस नू लाइक करो शेयर करो ते सबसक्राइब करो मेरे चैनल नू। थैंक यू धन्यवाद।